ਜਿੱਦਾਂ ਸਾਡੇ ਪੰਜਾਬ ਦੀ ਧਰਤੀ 'ਤੇ ਬਹੁਤੇ ਪ੍ਰਸਿੱਧ ਕਹਾਣੀਕਾਰ ਹੋਏ ਹਨ, ਉਹਨਾਂ ਵਿੱਚੋਂ ਹੀ ਇੱਕ ਨਾਂ ਹੈ ਵਰਿਆਮ ਸਿੰਘ ਸੰਧੂ, ਜਿਨ੍ਹਾਂ ਦਾ ਬਚਪਨ ਤੋਂ ਹੀ ਸਾਹਿਤ ਨਾਲ ਪਿਆਰ ਪੈ ਗਿਆ। ਇਹ ਦਿਨ ਜਦੋਂ ਸਾਹਿਤ ਦੇ ਨਾਂ ਹੋ ਗਈ ਉਹ ਦਿਨ ਸੀ 5 ਦਸੰਬਰ 1942, ਪਾਲਣਹਾਰਾ ਪਿੰਡ ਚਵਿੰਡਾ ਕਲਾਂ ਤਹਿਸੀਲ ਅਜਨਾਲਾ ਅੰਮ੍ਰਿਤਸਰ। ਵਰਿਆਮ ਸਿੰਘ ਸੰਧੂ BA BEd ਕਰਕੇ ਸਕੂਲ ਅਧਿਆਪਕ ਬਣ ਗਏ। ਨੌਕਰੀ ਦੇ ਨਾਲ ਨਾਲ MA MPhil ਕਰ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਵੀ ਲੱਗ ਗਏ। ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲੇ ਪੰਜਾਬ ਦੀ ਛੋਟੀ ਕਿਰਸਾਣੀ ਦੇ ਸਮਰਥ ਕਹਾਣੀਕਾਰ ਹਨ ਵਰਿਆਮ ਸਿੰਘ ਸੰਧੂ। ਕਿਹਾ ਜਾਂਦਾ ਹੈ ਨਾ, ਮਨੁੱਖ ਜਿਸ ਮਾਹੌਲ ਵਿੱਚ ਰਹਿੰਦਾ ਹੈ ਉਸੇ ਰੰਗ ਵਿੱਚ ਢਲ ਜਾਂਦਾ ਹੈ। ਉਹਨਾਂ ਦੀਆਂ ਕਹਾਣੀਆਂ ਦਾ ਸਫ਼ਰ ਵੀ ਉਹਨਾਂ ਦੀ ਦਾਦੀ ਜੀ ਤੋਂ ਸ਼ੁਰੂ ਹੋਇਆ, ਜਦੋਂ ਉਹ ਬਚਪਨ ਵਿੱਚ ਆਪਣੀ ਦਾਦੀ ਜੀ ਤੋਂ ਕਹਾਣੀਆਂ ਸੁਣਦੇ ਸੀ। ਕੌਣ ਜਾਣਦਾ ਸੀ ਕਿ ਕਹਾਣੀਆਂ ਸੁਣਦੇ ਸੁਣਦੇ ਕਹਾਣੀਆਂ ਉਹਨਾਂ ਦੇ ਜ਼ਿਹਨ ਵਿੱਚ ਇਸ ਤਰ੍ਹਾਂ ਘਰ ਕਰਨਗੀਆਂ ਕਿ ਉਹ ਅੱਗੇ ਚੱਲ ਕੇ ਆਪ ਇੱਕ ਉੱਘੇ ਕਹਾਣੀਕਾਰ ਬਣ ਜਾਣਗੇ। ਲੋਹੇ ਦੇ ਹੱਥ, ਅੰਗ ਸੰਗ, ਪਰਦੇਸੀ ਪੰਜਾਬ, ਗਦਰ ਲਹਿਰ ਦੀ ਗਾਥਾ, ਵਕਤੀ ਸਿਰਾਵੀ ਆਦਿ ਇਹਨਾਂ ਦੀਆਂ ਕਈ ਰਚਨਾਵਾਂ ਹਨ। ਮਾਣ ਦੀ ਗੱਲ ਹੈ ਕਿ ਵਰਿਆਮ ਸਿੰਘ ਸੰਧੂ ਦੀ ਕਹਾਣੀ 'ਤੇ ਬਣੀ ਪੰਜਾਬੀ ਫਿਲਮ 4ਵੀਂ ਕੂਟਕਾਨ ਫਿਲਮ ਫੈਸਟੀਵਲ ਦਾ ਹਿੱਸਾ ਰਹੀ। ਇਸ ਦੇ ਨਾਲ ਹੀ ਇਹਨਾਂ ਨੇ ਕਈ ਸਾਰੇ ਇਨਾਮ ਆਪਣੇ ਨਾਂ ਕੀਤੇ। 1979 ਹੀਰਾ ਸਿੰਘ ਅਵਾਰਡ ਤੋਂ ਇਹਨਾਂ ਦੇ ਅਵਾਰਡਾਂ ਦਾ ਇਹ ਸਿਲਸਿਲਾ ਅੱਗੇ 1999 ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ ਪੁਰਸਕਾਰ, 2001 ਵਿੱਚ ਵਾਰਸ ਸ਼ਾਹ ਪੁਰਸਕਾਰ, 2019 ਵਿੱਚ ਪੰਜਾਬ ਗੌਰਵ ਪੁਰਸਕਾਰ ਨਾਲ ਚੱਲਦੇ ਰਹੇ। ਆਸ਼ਾ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉਹ ਹੋਰ ਪੁਰਸਕਾਰ ਆਪਣੇ ਨਾਂ ਕਰਦੇ ਰਹਿਣਗੇ।